ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਆ। ਫਾਸਟ ਫੂਡ ਦੀ ਦੁਕਾਨ ਦੇ ਵਿੱਚ ਕੁੱਕਰ ਫਟ ਗਿਆ ਹੈ, ਜਿਸ ਕਰਕੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜੋ ਇਸ ਦੁਕਾਨ ਦੇ ਵਿੱਚ ਕੰਮ ਕਰਦਾ ਸੀ। ਅਚਾਨਕ ਜਦ ਨੌਜਵਾਨ ਕੰਮ ਕਰ ਰਿਹਾ ਹੁੰਦਾ ਹੈ, ਗੈਸ ਤੇ ਰੱਖਿਆ ਹੋਇਆ ਕੁੱਕਰ ਬਲਾਸਟ ਹੋ ਜਾਂਦਾ ਹੈ, ਫਟ ਜਾਂਦਾ ਹੈ। ਧਮਾਕਾ ਇੰਨਾ ਜ਼ੋਰਦਾਰ ਹੁੰਦਾ ਹੈ ਕਿ ਪੂਰਾ ਇਲਾਕਾ ਹਿੱਲ ਜਾਂਦਾ ਹੈ। ਇਲਾਕੇ ਦੇ ਲੋਕਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਕਿਤੇ ਜ਼ੋਰਦਾਰ ਬਲਾਸਟ ਹੋਇਆ ਹੈ। ਬਲਾਸਟ ਹੋਣ ਦੇ ਕਾਰਨ ਪੂਰੇ ਦੁਕਾਨ ਦੇ ਅੰਦਰ ਅੱਗ ਲੱਗ ਜਾਂਦੀ ਹੈ ਅਤੇ ਇਸੇ ਅੱਗ ਦੇ ਵਿੱਚ ਇਹ ਨੌਜਵਾਨ ਝੁਲਸ ਜਾਂਦਾ ਹੈ ਅਤੇ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਕੁਝ ਮਹੀਨੇ ਪਹਿਲਾਂ ਹੀ ਦੁਕਾਨ ਤੇ ਕੰਮ ਕਰਨ ਦੇ ਲਈ ਲੱਗਿਆ ਸੀ ਨੌਜਵਾਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਕੁੱਕਰ ਫਟਣ ਦਾ ਕਾਰਨ ਕੀ ਸੀ, ਪਰ ਕੁੱਕਰ ਫਟਣ ਦੇ ਕਾਰਨ ਦੁਕਾਨ ਦੇ ਵਿੱਚ ਜ਼ਰੂਰ ਅੱਗ ਲੱਗ ਗਈ, ਜਿਸ ਤੋਂ ਬਾਅਦ ਇਸ ਨੌਜਵਾਨ ਦੀ ਮੌਤ ਹੋ ਗਈ ਹੈ। ਤਾਂ ਮਾਮਲਾ ਨਵਾਂ ਸ਼ਹਿਰ ਦੇ ਬਾਈਪਾਸ ਨੇੜੇ ਇੱਕ ਫਾਸਟ ਫੂਡ ਦੀ ਦੁਕਾਨ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਪੂਰੀ ਦੁਕਾਨ ਸੜ ਕੇ ਸਵਾਹ ਹੋ ਗਈ ਅਤੇ ਇਸ ਦੇ ਅੰਦਰ ਇੱਕ ਕਰਿੰਦਾ ਜੋ ਕਿ ਇਸ ਦੁਕਾਨ ਦੇ ਵਿੱਚ ਨਵਾਂ ਨਵਾਂ ਲੱਗਿਆ ਸੀ, ਉਸਦੀ ਵੀ ਅੱਗ ਦੇ ਵਿੱਚ ਸੜਨ ਕਾਰਨ ਮੌਤ ਹੋ ਜਾਂਦੀ ਹੈ। ਪੁਲਿਸ ਦੇ ਵੱਲੋਂ ਮ੍ਰਿਤਕ ਦੇਹ ਨੂੰ ਹਸਪਤਾਲ ਵਿਖੇ ਲਿਜਾਂਦਾ ਗਿਆ ਹੈ, ਜਿੱਥੇ ਉਸਦਾ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਜਿਵੇਂ ਹੀ ਕੁੱਕਰ ਫਟਦਾ ਹੈ ਉਸਦੇ ਨਾਲ ਹੀ ਫਰਿੱਜ ਵੀ ਬਲਾਸਟ ਹੋ ਜਾਂਦਾ ਹੈ। ਅੱਗ ਲੱਗਣ ਦੇ ਕਾਰਨ ਜਿਹੜਾ ਸਿਲੰਡਰ ਹੈ ਉਹ ਵੀ ਆਪਣੇ ਰੂਪ ਤੋਂ ਆਪਣੇ ਆਕਾਰ ਤੋਂ ਵੱਧ ਜਾਂਦਾ, ਯਾਨੀ ਕਿ ਉਸਦੇ ਵਿੱਚ ਵੀ ਬਲਾਸਟ ਹੋਣ ਵਾਲਾ ਸੀ, ਪਰ ਕਿਸੇ ਤਰੀਕੇ ਦੇ ਨਾਲ ਸਿਲੰਡਰ ਬਾਹਰ ਨਿਕਲ ਗਿਆ ਅਤੇ ਬਾਕੀ ਲੋਕਾਂ ਦਾ ਆਂਢ ਗੁਆਂਢ ਦੇ ਲੋਕਾਂ ਦਾ ਬਚਾਅ ਹੋ ਗਿਆ। ਪਰ ਮੰਦਭਾਗੀ ਗੱਲ ਹੈ ਕਿ ਇੱਕ ਨੌਜਵਾਨ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ। ਇਹਨੂੰ ਨਾ ਦੂਆ ਕੁੱਕਰ ਫਟਣ ਕਰਕੇ ਫਰਿੱਜ ਵੀ ਫਟ ਗਿਆ, ਉਹਦੇ ਕਰਕੇ ਅੱਗ ਲੱਗੀ। ਇੱਕ ਬੰਦਾ ਮਰ ਗਿਆ ਵਿੱਚ, ਜਿਹੜਾ ਅੰਦਰ ਸੀਗਾ ਸਰਬਜੀਤ। ਕੀ ਕਾਰਵਾਈ ਕੀ ਕਰ ਰਹੇ ਤੁਸੀਂ? 174 ਸੀ ਆਰਪੀ। 170 ਕਰਵਾਈ। ਇਹ ਕਿੱਥੇ ਦਾ ਸੀਗਾ? ਪਿੰਡ ਦਾ। ਇਹ ਸੀਗਾ ਬਰਨਾਲੇ ਦਾ। ਇਹ ਕੰਮ ਕਰਦਾ ਕਿ ਮਾਲਕ ਉੱਥੇ? ਨਹੀਂ, ਕੰਮ ਕਰਦਾ। ਕੰਮ ਕਰਦਾ? ਕਦੋਂ ਤੋਂ ਪਤਾ ਲੱਗਿਆ, ਕੁਛ ਜਾਣਕਾਰੀ ਮਿਲੀ? ਕੀ ਕਹਿੰਦੀ? ਕੰਮ ਕਦੋਂ ਤੋਂ ਕਰਦਾ ਸੀ? 4-5 ਮਹੀਨੇ ਤੋਂ। 4-5 ਮਹੀਨੇ ਦਾ ਕੰਮ। ਇਹ ਤਾਂ ਮਾਲਕ ਕੌਣ ਹੈ, ਕੋਈ ਪਤਾ ਲੱਗਿਆ? ਮਾਲਕ ਤਾਂ ਦੂਜਾ ਹੈਗਾ, ਰਾਜੂ ਹੈ, ਦੂਆ ਮੂਸਾਪੁਰ ਰੋਡ ਦਾ। ਮੂਸਾਪੁਰ ਰੋਡ ਦਾ। ਹੁਣ ਕਾਰਵਾਈ 174 ਦੀ ਹੋ ਰਹੀ ਹੈ। ਅੱਗ ਲੱਗਣ ਦਾ ਮੁੱਖ ਕਾਰਨ ਸਿਰਫ ਗੈਸ ਸਿਲੰਡਰ ਫਟਿਆ, ਕੁਛ ਹੋਰ ਵੀ ਪਤਾ ਲੱਗਦਾ? ਨਹੀਂ, ਉਹ ਕੁੱਕਰ ਫਟਿਆ। ਕੁੱਕਰ ਫਟਿਆ? ਕੁੱਕਰ ਦੇ ਨਾਲ ਫਰਿੱਜ ਫਟ ਗਿਆ, ਫਰਿੱਜ ਪਿਆ ਸੀ। ਇਹ ਅੰਦਰ ਹੀ ਸੀਗਾ? ਇਹ ਅੰਦਰ ਹੀ ਸੀਗਾ। ਮੌਕੇ 'ਤੇ ਮੌਤ ਹੋ ਗਈ। ਤੁਸੀਂ ਕਦੋਂ ਪਹੁੰਚੇ? ਰਾਤੀ ਡੇਢ ਕੁ ਵਜੇ ਡੇਢ ਪਹੁੰਚੇ।